किधर बड़ी बैठे हो? अंदर ही रसोई कर रही हूं। अच्छा आंटी है नहीं मम्मी? गए हुए बाजार। वो बाजार की लाइन चले गए, सामान लेने गए और की लाइन गए। अच्छा मेरे ना तो कल रात ने कोई गल नहीं की आंटी ने, मैं जाना या नहीं जाना समझ जाना से मैंने भी दस दे, मैं भी आ कुछ चुन्नी मंगवानी सी सूट नाल दी। अच्छा हां और चिट्टी दा मेरे को पई सी, मैं कह सर रंग नाल हो जांदा तां ना ले हुंदे जगह सी मेरी, मेरा भी काम करया हुंदे, मैनूं हुण फिर जाना पऊ। पहला दस देना सी ओही दिन, मैं कहने मेरे गल ही नहीं हुई, जे कि दस दे मैनूं भी मैं जाना फिर मैं दे दंदी। चल कोई नहीं, चल फिर दे दी, चल किस दिन फिर जाया हुंगी, जे कि तू ही तू ले जी। चल ठीक है हां मैं ले, चल मैं फिर आऊंगी। हुण फिर की करन लगी सी? चाह बनाउण लगी बह जा। ना ना चल छड पर, चाह पी के जा बह जा। नहीं नहीं मैं आंटी आई ते आऊंगी, कब तक आ जाऊंगी? आ जाऊंगी शाम तक। चल ठीक है फिर आऊंगी, बह जा हुण चाह पी के जाई। नहीं नहीं मैं आंटी आई ते आऊं, मतलब पैन नहीं आ जाके चाह ते रही होई सी, हुण जाई ना चाह पी जांदी। अज शरीर जा नहीं ठीक, चंगा कर दी आ दवाई ले ली। चंगा फिर, चंगा चंगा। ਕਿੰਨਾ ਟਾਈਮ ਲੱਗੂ ਚਾਹ ਨੂੰ ਯਾਰ? ਬਸ ਲੈ ਆ ਚਾਹ। ਯਾਰ ਬਹੁਤ ਟਾਈਮ ਲਾਉਂਦਾ ਤੂੰ, ਮੈਂ ਦੇਖਿਆ ਰਹਾ 2 ਮਿੰਟ ਤਾਂ ਲੱਗੇ ਆ। 2 ਮਿੰਟ ਕੀ? ਮੈਂ ਤੁਹਾਨੂੰ ਦੱਸਿਆ ਮੈਂ ਮਾਰਕੀਟ ਜਾਣਾ ਮੈਂ। ਮਾਰਕੀਟ ਜਾਣਾ? ਹਾਂ ਹੋਰ ਕੀ, ਚਾਹ ਨੂੰ ਇੰਨਾ ਟਾਈਮ ਲਾ ਦਿੰਦਾ ਹੁਣ ਗਰਮ, ਹੋਰ ਟਾਈਮ ਲਾ ਜਾਣਾ ਹੋਰ ਵੀ। ਤੈਨੂੰ ਮੰਗਣਾ ਤਾਂ ਨਹੀਂ ਕੁਛ? ਮੇਰਾ ਆਪਦਾ ਸਮਾਨ ਤਾਂ ਬਹੁਤ ਜ਼ਿਆਦਾ ਹੈ ਲਿਆਉਣਾ, ਤੁਹਾਨੂੰ ਉਦਾਂ ਯਾਦ ਹੀ ਰਹਿਣਾ, ਮੈਨੂੰ ਨਾਲ ਹੀ ਲੈ ਚੱਲੋ। ਛੋ ਮੈਂ ਯਾਰ ਉਦਾਂ ਦੂਰ ਟਾਈਮ ਬਹੁਤ ਲਾਣਾ ਉੱਥੇ ਯਾਰ, ਟਾਈਮ ਨਹੀਂ ਮਿਲਾਉਂਦੀ, ਬਸ ਮੇਰਾ ਥੋੜਾ ਜਿਹਾ ਰਸੋਈ ਚ ਕੰਮ ਆ ਕਰਕੇ ਚੱਲਣ 2 ਮਿੰਟ ਜੀ। ਚੱਲ ਫਿਰ ਦੇਖੀ ਜਾਓ, ਚੱਲ ਪਾ ਨਾਲ ਕੋਈ ਨਹੀਂ। ਫਿਰ ਕਿੰਨਾ ਟਾਈਮ ਲੱਗਣਾ ਤੈਨੂੰ? ਫਿਰ ਫਟਾਫਟ ਤਿਆਰ ਹੋ ਜਾ, ਚਾਹ ਪੀ ਫਟਾਫਟ, ਤਿਆਰ ਹੋ ਤੇ ਨਿਕਲੀ ਫਿਰ ਤੋਂ। ਫਿਰ ਤਿਆਰ ਜੀ ਹੋਣਾ ਠੀਕ ਆ, ਕੱਪੜੇ ਤੇਰੇ ਤਿਆਰ ਹੀ ਆ ਮੈਂ, ਚਲੋ ਤੁਸੀਂ ਚੱਲੀਏ, ਬਸ ਮੈਂ 2 ਮਿੰਟ ਦਾ ਰਸੋਈ ਦੇ ਵਿੱਚ ਕੰਮ ਕਰ ਲੈਣਾ ਤੇ ਚੱਲਦੇ ਹਾਂ। ਹਾਂ ਵੇਟ ਤੇ ਹੋ ਬਿੱਲੀ ਫਟਾਫਟ। ਚੱਲ ਯਾਰ ਹੁਣ ਤਾਂ ਚਾਹ ਚੂ ਪੀ ਲਈ ਆ। ਚਲੋ ਚਲੋ ਚਾਹ, ਮੈਂ ਕੱਦਾ ਵੇਟ ਕਰ। ਆ ਜਾ ਚਲ ਚਲ, ਹੋਰ ਤੈਨੂੰ ਬੋਲਣਾ ਸੀਗਾ? ਚਲ ਭਾਬੀ ਚੱਲੀ ਸੀ ਕਿਤੇ? ਹਾਂ ਰੋਜੀ ਬਾਜ਼ਾਰ ਤਾਂ ਚੱਲੀ, ਬਾਜ਼ਾਰ ਹੀ ਚੱਲੇ ਸੀਗੇ ਰੋਜੀ। ਫਿਰ ਉਹ ਚੁੰਨੀ ਲੈ ਜਾਂਦੀ ਮੇਰੀ, ਚੱਲਿਆ ਦੇ ਫਿਰ ਛੇਤੀ ਦੇਣੇ ਭੱਜ ਕੇ। ਹੈ ਲਿਆ ਜਲਦੀ ਲਿਆ, ਪਤਾ ਜੀ ਲੇਟ ਆ ਮੈਂ, ਇੱਕ ਦੋ ਕੰਮ ਆ ਮੈਨੂੰ ਫਿਰ ਰੰਗਾ ਕੇ ਲਿਆਉਣੀ ਪੈਣੀ ਆ। ਨਹੀਂ ਨਹੀਂ ਫਿਰ ਤਾਂ ਬਹੁਤ ਲੇਟ ਹੋ ਜਾਊਗਾ, ਤੂੰ ਮੰਨ ਮੇਰੀ ਗੱਲ, ਫਿਰ ਕੱਲ ਕੋਈ ਦਿਨ ਫਿਰ ਕਿਸੇ ਦਿਨ ਦੇ ਦੀ। ਚੱਲ ਰੋਜੀ ਚੱਲ ਠੀਕ ਆ, ਫਿਰ ਤੇਰੇ ਨਾਲ ਹੀ ਚੱਲੂਗੀ ਮੈਂ। ਚੱਲ ਠੀਕ ਆ, ਇੰਗ ਕਰ ਲਾ। ਚੱਲ ਚੰਗਾ ਚੰਗਾ ਫਿਰ ਜਾ ਫਿਰ, ਮੇਰਾ ਕੰਮ ਹੀ ਨਹੀਂ ਹੋਣਾ। ਆ ਬਹੁਤ ਲੇਟ ਤੇ ਆਂਟੀ ਤੋਂ ਬਾਅਦ ਹੀ ਜਾਂਦੀ ਹੁੰਦੀ ਹੈ, ਜਦੋਂ ਵੀ ਕਿਤੇ ਜਾਂਦੀ ਹੈ। ਚੱਲ ਦੇਖੋ ਕੋਹਰਾ ਕਿੱਥੇ ਗਈ ਆ, ਨਾ ਕੋਈ ਝੋਲਾ ਨਾ ਕੋਈ ਬੈਗ ਨਾ ਕੋਈ ਪਰਸ, ਕੀ ਪਤਾ। ਕੋਈ ਨਾ ਆਂਟੀ ਨਾਲ ਕਰੂੰਗੀ ਗੱਲ ਆਈ। ਅੱਜ ਕੱਲ੍ਹ ਹੁੰਦਾ ਹੀ ਨਹੀਂ, ਲੈ ਆਹ ਗਾਰਾ ਕੱਢ ਕੇ ਮੁਸ਼ਕ ਮਾਰਨ ਨੂੰ ਰੱਖ ਗਏ, ਉਹਨਾਂ ਤੋਂ ਬਾਅਦ ਕੋਈ ਆਇਆ ਹੀ। ਚੱਲ ਮਨਾ ਕੋਈ ਤਾਂ ਆਊਗਾ ਜੀ। ਹਾਂ ਠੀਕ ਆ ਮੰਮੀ, ਜੇ ਪਾਣੀ ਚਾਹੀਦਾ ਤਾਂ ਦੱਸ ਦੇ, ਆ ਪਿਆਜ ਅੱਗ ਚ ਪੀ ਲਈ। ਹਾਂ ਚਲ ਆ ਯਾਰ, ਪਤਾ ਕੀ ਲੇਟ ਹੋਏ ਨਾ ਬਹੁਤ ਜ਼ਿਆਦਾ, ਫਿਰ ਤੂੰ ਬਹੁਤ ਲੇਟ ਕਰ ਰਹੀ ਹੈ, ਫਟਾਫਟ ਨਿਕਲ। ਕੀ ਗੱਲ, ਕਿੱਧਰ ਨੂੰ ਲੇਟ ਹੋ ਗਿਆ? ਓਹੋ ਹਾਂ ਵੀਰੇ, ਮੜਾ ਚੱਲੇ ਸੀਗੇ। ਅੱਛਾ ਹਾਂ, ਤੇ ਕੰਮ ਮੈਂ ਮੈਂ ਤੈਨੂੰ ਉਹੀ ਕਹਿਣਾ ਸੀਗਾ, ਪਤਾ ਕਰੇ ਆਉਂਦੀ ਕੀ ਜਿਹੜੀ ਸਵੈਟਰ ਜਿਹੜੀ ਜੈਕਟ ਜੇ ਬੁਣੀ ਸੀ ਮੰਮੀ ਨੇ ਬੁਣੀ ਸੀ ਮੇਰੀ ਨੇ। ਅੱਛਾ ਉਹਦੇ ਨਾਲ ਬਟਨ ਲਿਆ ਦੀ, ਚੌਰਸ ਨਾਲ ਚੌਰਸ ਜੀ ਨੇ ਲਿਆ ਕੇ ਗੋਲ ਲੈ ਕੇ। ਅੱਛਾ ਅੱਛਾ ਹਮ ਚੱਲ ਠੀਕ ਆ, ਲਿਆ ਦਾਂ ਕੋਈ ਨਹੀਂ, ਪਰ ਚਲ ਯਾਰ ਪਲੇਟ ਹੋਏ ਨਾ। ਚਲ ਚੰਗਾ ਰੋਜੀ, ਵੀ ਧਿਆਨ ਰੱਖੀ ਮਗਰ। ਹਾਂ ਕੋਈ ਨਹੀਂ, ਕਿਹੜਾ ਕਿਸ ਜਾਣਾ, ਜਵਾਬ ਨਾਲ ਗਈ ਨੇ। ਆਹੋ ਆਹੋ ਰੱਖੋ ਧਿਆਨ, ਵਿਹਲੀ ਆ ਨਾ, ਨੌਕਰ ਨਹੀਂ ਤੇਰੀ, ਮੈਂ ਇੱਥੇ ਚੌਂਕੀਦਾਰਾ ਕਰਾਂ ਤੁਹਾਡਾ। ਚੱਲੀ ਮੈਂ ਤਾਂ ਅੰਦਰ, ਸੱਸ ਘਰੇ ਨਹੀਂ ਹੈਗੀ, ਮਾਰਦੀ ਆ ਲਾਈ ਫੜਦੀਆਂ ਉਂਗਲਾਂ ਤੇ, ਬਹਿਨੀ ਆ ਮੈਂ ਇੱਥੇ, ਕਿਉਂ ਬੈਠਾ ਹਾਏ ਵੇ ਰੱਬਾ। ਚਲ ਹੁਣ ਆਂਟੀ ਹਾਂ ਆ ਜਾ ਵੀ ਰੋਜੀ, ਅੰਦਰ ਹੀ ਬੈਠੇ ਆ। ਹੋਰ ਸਭ ਬਾਲੀ ਆ ਬਾਰੇ? ਇਹ ਤਾਂ ਹੈ, ਦੇਖ ਮੇਰੀ ਗੱਲ ਸੁਣ, ਮੈਂ ਆਈ ਸੀ। ਆਂਟੀ ਕਿੱਥੇ? ਉਹ ਤਾਂ ਦਵਾਈ ਮਿਲੀ ਨਹੀਂ ਸੀ ਤਾਂ ਕੱਲ ਹੀ ਆਏ ਸੀਗੇ, ਉਹ ਉੱਧਰ ਕੁੜੀ ਕਹਿੰਦੀ ਨੂੰ ਚਲੇ ਗਿਆ ਆਪਦੀ, ਫਿਰ ਉੱਧਰ ਚਲੀ ਗਈ। ਹੋਰ ਦੀਦੀ ਬਿਮਾਰ ਸੀਗੇ ਕਹਿੰਦੇ। ਅੱਛਾ ਫੋਨ ਆ ਗਿਆ ਸੀ। ਅੱਛਾ ਮੈਂ ਤੇਰੇ ਕੋਲ ਆਈ ਸੀ, ਤੇਰੇ ਕੋਲ ਤਰਪਾਈ ਵਾਲੀ ਸੂਈ ਹੈਗੀ ਆ?
ਸੂਈ ਤਾਂ ਹੈਗੀ ਆ ਰੋਜੀ, ਪਰ ਮੰਮੀ ਹੀ ਕੰਮ ਕੁੰਮ ਕਰਦੇ ਹੁੰਦੇ ਨੇ, ਤਰਪਾਈ ਤਰਪੂਈ ਜਿਹੜਾ ਵੀ ਕਰਦੇ ਆ ਉਹੀ ਨਾ ਉਹਨਾਂ ਨੇ ਰੱਖੀ ਹੋਈ, ਹੁਣ ਲੱਭਣੀ ਪੈਣੀ ਹੈ ਮੈਨੂੰ ਬਸ, ਹੁਣ ਸੂਈ ਤੋਂ ਵੀ ਜਵਾਬ ਹੀ ਹੈ ਨਾ, ਜਵਾਬ ਨਹੀਂ ਰੋਜੀ ਜੇ ਤੈਨੂੰ ਲੱਭਦੀ ਤੂੰ ਲੱਭ ਲਾ। ਫੋਨ ਕੀਤਾ ਸੀ ਮੈਂ, ਹੁਣੇ ਨੇੜੇ ਹੀ ਨੇ ਆਉਂਦੇ ਹੋਣਗੇ, ਰਸਤੇ 'ਚ ਕੋਈ ਨਾ ਬਹਿ ਜਾ, ਦੋ ਮਿੰਟ ਮੰਮੀ ਦੇ ਦਿੰਦੇ ਨੇ ਆ ਕੇ ਸੂਈ ਫਿਰ, ਔਰ ਮੈਂ ਬੈਠਾ ਇੱਥੇ ਤਾਂ ਫਿਰ ਕੀ ਹੋ ਗਿਆ। ਚੱਲ ਠੀਕ ਆ ਬਹਿ ਜਾਂਦੀ ਹਾਂ, ਫਿਰ ਨਾ ਕਹੀਂ ਵੀ ਦੱਦ ਲੱਗ ਗਈ। ਮੈਂ ਨਹੀਂ ਕਹਿੰਦੀ ਤੂੰ ਚਾਹ ਪਾਣੀ ਦੱਸ ਕੀ ਬਣਾ ਕੇ ਲਿਆਵਾਂ, ਲੈ ਬਣਾਉਣ ਨੂੰ ਮੈਂ ਬਹੁਤ ਪੈਂਡਾ ਤੈਅ ਕਰਕੇ ਆਈ ਹਾਂ ਨਾ ਇੱਥੋਂ, ਲੈ ਪੈਂਡਾ ਤੈਅ ਕਰਕੇ ਨਹੀਂ ਗਵਾਉਣਾ, ਆਣ ਗਵਾਉਣ ਨੂੰ ਚਾਹ ਕਦੇ ਕਦੇ ਤਾਂ ਬਣਾ ਦੇ। ਦੇਖੀ ਮੈਂ ਤਾਂ ਬਰਾਊਨ ਜਿਹਾ ਸੂਟ ਸੀਤਾ ਸੀਗਾ। ਅੱਛਾ ਮੈਂ ਕਹਿੰਦੀ ਚੱਲ ਮੈਂ ਹੁਣ ਬੈਠ ਬੈਠ ਤਰਪਾਈ ਕਰ ਲਾ, ਹੁਣ ਤਾਂ ਕੋਈ ਸੂਈ ਆ ਨਹੀਂ, ਫਿਰ ਸ਼ਾਮ ਤੱਕ ਗੱਲ ਪਹੁੰਚ ਜਾਂਦੀ, ਸ਼ਾਮ ਤੱਕ ਨਹੀਂ ਆਉਂਦੀ ਆ ਮੰਮੀ ਹੁਣੀ। ਚੱਲ ਕੋਈ ਨਹੀਂ ਮੈਂ ਆਂਟੀ ਨੂੰ ਦੇ ਦੂੰਗਾ ਨਾ, ਆਂਟੀ ਕਰ ਦੂ ਤਰਪਾਈ। ਹਾਂ ਕਰ ਦੇਣਗੇ ਤਰਪਾਈ ਤਾਂ ਕਰ ਦਿੰਦੇ ਆ। ਚੱਲ ਕੰਮ ਵਧੀਆ, ਇੱਕ ਕੰਮ ਤਾਂ ਛੁੱਟੂਗਾ, ਫਿਰ ਬਾਹਲਾ ਕੰਮ ਕਰਦੀ ਆ। ਨਹੀਂ ਦੇਖੀ ਤਰਪਾਈ ਕਰਨੀ ਗੰਦੀ ਨਹੀਂ ਲੱਗਦੀ, ਘੰਟਾ ਮੱਥਾ ਮਰ ਜਾਏ ਕਰਕੇ ਬਹੁਤ ਔਖਾ ਲੱਗਦਾ। ਪਿਛਲੀ ਵਾਰ ਤਾਂ ਮੈਂ ਉਹ ਹੈ ਨੀ ਆਪਣੀ ਨੀਤੂ, ਉਹ ਤਾਂ ਕਰਾ ਲਈ ਸੀ। ਅੱਛਾ ਹੁਣ ਕਿ ਉਹ ਆਈ ਨਹੀਂ ਹਜੇ ਸੋਰੀ ਆਪਦੇ। ਅੱਛਾ ਅੱਛਾ ਮੈਂ ਚੱਲ ਦੇਖਦੀ ਹਾਂ। ਹੋਰ ਤੂੰ ਦੱਸ। ਬਸ ਮੈਂ ਤੈਨੂੰ ਪੁੱਛੀ ਜਾਂਦੀ ਹਾਂ, ਮੈਂ ਨਿੰਬੂ ਪਾਣੀ ਬਣਾ ਲਿਆ ਨਹੀਂ? ਨਾ ਨਾ ਹਜੇ ਕਿੱਥੇ ਨਿੰਬੂ ਪਾਣੀ ਦਾ ਟਾਈਮ ਆ ਗਿਆ। ਲੈ ਦੇ ਕਿੰਨੀ ਕੈੜੀ ਤੂੰ, ਪਾਸਾ ਨਿੰਬੂ ਕੱਦਣ ਦੇ ਲਿਆ ਕੇ ਰੱਖੇ ਹੋਏ ਮੇਰਾ ਜਵਾਕ ਪੀਂਦਾ ਵਾ। ਨਾ 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 ਆਪਾਂ ਨਹੀਂ ਨਿੰਬੂ ਨਿੰਬੂ ਪਾਣੀ ਪੀਂਦੇ, ਗਲੇ ਖਰਾਬ ਹੁੰਦੇ ਆ ਪਤਾ। ਆਪਾਂ ਨਹੀਂ, ਚੱਲ ਕੋਈ ਨਾ ਆਂਟੀ ਨੂੰ ਆ ਜਾਣ ਦੇ ਤੂੰ ਬਸ, ਫਿਰ ਮੈਂ ਆਂਟੀ ਨਾਲ ਗੱਲ ਕਰੂੰਗੀ, ਆਂਟੀ ਤੋਂ ਲੈਂਦੀ ਹਾਂ ਸੂਈ ਜੇ ਦੇ ਦੂੰਗੀ ਉਹ ਵੀ, ਨਹੀਂ ਤਾਂ ਉਹਨੇ ਵੀ ਕਹਿ ਜਾਣਾ ਇੱਥੇ ਲਾਪਰੀ ਤੈਨੂੰ ਰੱਖੀ ਹੋਣੀ ਆ, ਜਿੱਥੇ ਆ ਗਈ ਤਾਂ ਤੈਨੂੰ ਮੈਂ ਦੇ ਦਿੰਦੀ ਹਾਂ। ਨਹੀਂ ਦੇ ਦੇਣਗੇ, ਮੰਮੀ ਨੇ ਰੱਖੀ ਹੋਈ ਆ। ਧੁੱਪ ਬਹੁਤ ਜ਼ਿਆਦਾ ਹੋ ਗਈ, ਲੈ ਲੱਗਦਾ ਆਈ ਗਏ ਮੰਮੀ। ਸਤਿ ਸ਼੍ਰੀ ਅਕਾਲ। ਆਂਟੀ ਤਾਂ ਜੀ ਲਾ ਕੇ ਬਹਿ ਜਾਂਦੀ ਜਿੱਥੇ ਵੀ ਜਾਂਦੀ ਹੈ। ਤੂੰ ਸੁਣਾ ਠੀਕ? ਓਦਣ ਆ ਕੇ ਹਾਲ ਚਾਲ ਹੋਣੀ ਪਿੱਛਾ, ਮੈਂ ਕਹੂ ਕਿ ਮੰਮੀ ਨੇ ਤਾਂ ਮੈਨੂੰ ਕੁਛ ਨਹੀਂ ਪੁੱਛਿਆ। ਭਾਬੀ ਨੂੰ ਪੁੱਛਿਆ ਵੀ ਤਰਪਾਈ ਵਾਲੀ ਸੂਈ ਦੇ ਦੇ, ਕਹਿੰਦੀ ਮੰਮੀ ਨੇ ਰੱਖੀ ਹੋਈ ਆ ਦਿਨ, ਪਤਾ ਨੀ ਕਿੱਦਾਂ ਲਿਆ, ਕੱਚੇ ਕੱਚੇ ਨੀਂਦ ਹੀ ਆਈ ਜਾਂਦੀ ਹੈ। ਪਾਣੀ ਕੋਈ ਨਾ, ਕਮੀਜ਼ ਤਾਂ ਮੈਨੂੰ ਦੇ ਜੀ, ਮੈਂ ਕਰ ਦੂੰ ਤਰਪਾਈ। ਹੁਣ ਤਾਂ ਮੈਂ ਜਾਣਾ ਨੀ ਕਿਤੇ ਘਰੇ। ਹੋਰ ਕੀ, ਓਦਣ ਵੀ ਮੈਂ ਆਈ ਸੀ ਤੂੰ ਬਿਨਾਂ ਪਾਣੀ ਪੀਣਾ? ਨਾ ਨਾ ਮੈਂ ਨਹੀਂ ਪੀਣਾ। ਓਦਣ ਵੀ ਮੈਂ ਆਈ ਸੀ ਤੁਸੀਂ ਬਾਜ਼ਾਰ ਚਲੇ ਗਏ, ਤੇ ਮੈਨੂੰ ਇਹ ਸੀ ਜਿਹੜਾ ਵੀ ਮੈਂ ਪੂਰਾ ਇਹ ਸੂਟ ਲਿੱਤਾ ਜਿਹੜਾ ਸੀਤਾ ਹੁਣ ਮੈਂ, ਬਈ ਮੈਂ ਉਹਦੇ ਨਾਲ ਦੀ ਚੁੰਨੀ ਰੰਗਵਾ ਲਾਂ। ਅੱਛਾ ਫਿਰ ਮੁੜ ਕੇ ਭਾਬੀ ਗਈ, ਭਾਬੀ ਨੂੰ ਵੀ ਕਿਹਾ, ਫਿਰ ਇਹ ਕਹਿੰਦੇ ਰੰਗਾਉਣੀ ਪਊਗੀ, ਟਾਈਮ ਲੱਗੂਗਾ। ਫਿਰ ਮੈਂ ਕਿਹਾ ਚੱਲ ਛੱਡ ਪਰਾ ਮੈਂ ਨਾ, ਫਿਰ ਉਹ ਮੋੜ ਦੇ। ਨਹੀਂ ਫਿਰ ਮੰਮੀ ਨੇ ਸੂਟਾਂ ਚੁੰਨੀ ਕੱਢ ਕੇ ਦਿੱਤੀ ਮੈਨੂੰ ਇੱਕ, ਉਹਦੇ ਨਾਲ ਹੀ ਰਲ ਗਈ ਉਹ। ਚੱਲ ਠੀਕ, ਫਿਰ ਲੋੜ ਹੀ ਨਹੀਂ ਰਹੀ। ਚੱਲ ਵਧੀਆ ਕੰਮ ਤਾਂ ਹੋ ਗਿਆ ਤੇਰਾ। ਹੋਰ ਕੀ, ਘਰੇ ਬੈਠੀ ਦੀ ਹੋ ਗਏ, ਧੱਕੇ ਖਾਣੇ ਪੈਂਦੇ ਜਾ ਕੇ। ਉਹਨਾਂ ਨੇ ਜਦੇ ਦੇਣੀ ਸੀ ਚੁੰਨੀ? ਹਾਂ ਜਦੇ ਤਾਂ ਨੀ ਮਿਲਣੀ ਸੀ, ਪਰ ਮੈਂ ਕਹਿੰਦੀ ਸੀ ਜੇ ਚੱਲ ਵੜਦੀ ਤੇਰੇ ਨਾਲ ਮੈਂ ਵੀ ਜਾ ਆਉਂਦੀ ਬਹਾਨੇ ਨਾਲ, ਤਾਂ ਕੋਈ ਆਪਾਂ ਹੋਰ ਕੁਛ ਦੇਖ ਲਿਆਵਾਂਗੇ। ਉਹਨੇ ਬੀਕਾ ਨੇ ਕਹਿਣਾ ਨਵੀਂ ਦੁਕਾਨ ਖੋਲੀ ਆ। ਅੱਛਾ ਉਹਨਾਂ ਦੇ ਗੋਲ ਗੱਪੇ ਖਾ ਕੇ ਦੇਖ ਕੇ ਆਵਾਂਗੇ ਕਿੱਦਾਂ ਦੇ ਖਾਇਆ ਖਾਇਆ। ਚੱਲੀ ਚੰਗਾ, ਗੋਲ ਗੱਪੇ ਖਾਣ ਨੂੰ ਤਾਂ ਸਾਰੇ ਮੂਹਰੇ ਹੀ ਆ। ਚਲੋ ਗੋਲ ਗੱਪੇ ਬਾਅਦ ਚੋਂ ਖਾਣੇ, ਤੁਸੀਂ ਬੈਠੋ, ਮੈਂ ਚਾਹ ਲੈ ਕੇ ਆਉਂਦੀ ਹਾਂ। ਬੈਗ ਲੈ ਜਾ, ਚਾਹ ਤਾਂ ਭਾਵੇਂ ਰਹਿਣ ਦਿੰਦੀ। ਕੋਈ ਨਾ, ਫਿਰ ਕੀ ਹੋ ਗਿਆ, ਚਾਹ ਹੀ ਆ ਘੱਟ। ਆਂਟੀ ਤੂੰ ਤਾਂ ਨਾ ਜਿੱਥੇ ਜਾਂਦੀ ਆ ਜੀ ਲਾ ਕੇ ਬਹਿ ਜਾਂਦੀ ਆ। ਕਿਉਂ, ਹੋਰ ਕੀ ਆ, ਇੰਨੇ ਦਿਨ ਕੁੜੀ ਕੋ ਇੰਨੇ ਦਿਨ ਜਾਣਾ ਹੀ ਪੈਂਦਾ ਪਾਸੇ ਜਿੱਥੇ ਜਾਣਾ। ਨਹੀਂ ਭੈਣ ਨੇ ਕੀ ਕਹਿਣਾ ਸੀਗਾ, ਤੂੰ ਭੈਣ ਨੂੰ ਦੱਸ ਦਿੰਦੀ ਵੀ ਮੈਂ ਵੀ ਕਰਤ ਕਰਲੀ ਆ ਘਰੇ, ਮੇਰਾ ਕਿਹੜਾ ਜੀ ਲੱਗਦਾ। ਆਂਟੀ ਤੂੰ ਭਾਬੀ ਉਹਨਾਂ ਨੂੰ ਵੀਰਾਂ ਨੂੰ ਰੋਕਦੀ ਨੀ ਮਾੜਾ ਮੋਟਾ ਕੁਛ? ਕਿਉਂ, ਕੀ ਹੋ ਗਿਆ, ਹੋਇਆ ਕੀ ਆ? ਜਿੱਦਣ ਦੀ ਤੂੰ ਗਈ ਆ, ਮੈਂ ਨੀ ਇਹਨੂੰ ਘਰੇ ਟਿਕੀ ਨੂੰ ਦੇਖਿਆ, ਇਹ ਤਾਂ ਪਹਿਲੀ ਚੱਕਰ ਹੀ ਰਿਹਾ ਵਾ, ਕਦੇ ਉੱਧਰ ਨੂੰ, ਕਦੇ ਆਥਣ ਨੂੰ, ਕਦੇ ਸਵੇਰ ਨੂੰ, ਕਦੇ ਜੋ ਮਰਜ਼ੀ ਕਰਨ ਆ ਜਾ। ਮੈਂ ਅਸੀਂ ਚੱਲੇ ਸੀ, ਉਹਦਾ ਸ਼ੁਕਰ ਕਰਾਂ ਮੈਂ ਕੁਰਸੀ ਤੱਕ ਉੱਥੇ ਬੈਠੀ ਹੁੰਦੀ ਹਾਂ, ਲੰਘਦੀ ਪੜ੍ਹਦੀ ਗੌਰ ਕਰਦੀ ਹਾਂ।
ਇਹਦਾ ਬਸ ਤੇ ਨਾ ਘਰੇ ਜਿੰਦਾ ਹੀ ਲਾਈ ਰੱਖੇ। ਕੱਲੀ ਜਾਂਦੀ ਸੀ? ਕੱਲੀ ਕੋ ਜਾਂਦੀ ਸੀ, ਵਿਦਾ ਵੀ ਨਾਲ ਹੀ ਸੀਗਾ, ਰੋਜ਼ ਹੀ ਤੁਰ ਜਾਂਦੇ ਸੀ। ਹੋਰ ਕੀ, ਮੈਨੂੰ ਤਾਂ ਲੱਗਦਾ ਟਿਕਦੀ ਨਹੀਂ ਹੋਣੀ, ਰੋਟੀ ਰੁਟੀ ਬਾਹਰ ਹੀ ਖਾ ਕੇ ਆਉਂਦੇ ਹੋਣੇ ਆ। ਹੋਰ ਇਹਨੂੰ ਕੀ ਕੰਮ ਸੀਗਾ, ਖਾਲੀ ਹੱਥ ਜਾਂਦੇ ਸੀ, ਖਾਲੀ ਹੱਥ ਆ ਜਾਂਦੇ ਸੀ। ਆਖਿਰ ਇੱਕ ਦਿਨ ਤਾਂ ਮੈਂ ਕਿਹਾ ਵੀ, ਮੈਂ ਕਿੱਥੇ ਨੂੰ ਚੱਲੀ ਹਾਂ, ਕਹਿੰਦੀ ਬਾਜ਼ਾਰ ਚੱਲੀ ਸੀ। ਮੈਂ ਕਿਹਾ ਵੀ ਚੁੰਨੀ ਮੇਰੀ ਰੰਗਾ ਲਈ, ਵੀਰੇ ਨੇ ਜਵਾਬ ਦਿੱਤਾ, ਕਹਿੰਦਾ ਟਾਈਮ ਲੱਗ ਜਾਣਾ ਰੋਜ਼ੀ, ਫਿਰ ਅਸੀਂ ਤਾਂ ਛੇਤੀ ਆ, ਸਾਨੂੰ ਮੁੜ ਕੇ ਖਾਲੀ ਹੱਥ ਹੀ ਵੜ ਜਾਂਦੇ ਨੇ ਆ ਕੇ। ਮੈਂ ਤਾਂ ਦੇਖਿਆ ਨਹੀਂ ਕਦੇ ਐਵੇਂ ਕੁਛ ਲੈ ਕੇ ਆਉਂਦੇ ਜਾਂ ਨਹੀਂ, ਕੋਈ ਚੀਜ਼ ਲੈਣਾ ਤਾਂ ਠਾਗ ਨੇ ਜਵਾਬ ਦੇ ਦਿੰਦੀ, ਆਖਿਰ ਮੰਮੀ ਨੇ ਰੱਖੀ ਹੋਣੀ ਹੈ। ਖਾਣ ਪੀਣ ਨੂੰ ਹੀ ਜਾਂਦੇ ਹੋਣੇ ਆ, ਵੀ ਬਣਾਉਣੀ ਨਾ ਪਵੇ ਘਰੇ ਰੋਟੀ, ਤਾਂ ਉੱਜੜੀ ਭਾਲਦੇ ਆ ਤੈਨੂੰ। ਐਂ ਤਾਂ ਕਹੀ ਨਾ ਕਹਿੰਗੀ ਮੇਰੀ ਨੂੰਹ ਦੀਆਂ ਚੁਗਲੀਆਂ ਕਰਦੀ ਆ ਤੇਰੇ ਕੋਲ, ਮੇਰਾ ਤਾਂ ਸਵਾਲ ਹੀ ਨਹੀਂ ਚੱਲਦਾ। ਚੱਲ ਕਾਹਦੀ ਆ, ਕਹਿਣ ਵਾਲੀ ਗੱਲ ਤਾਂ ਕਹਿੰਦਾ ਹੀ ਆ। ਕਹਿੰਦਾ ਕੀ ਆ, ਮੁੜ ਕੇ ਮੈਨੂੰ ਨੱਕ ਬੁੱਲ ਮਾਰੂਗੀ ਵੀ ਹਾਂ ਆ ਕੇ ਮੰਮੀ ਕੋਲ ਬਹਿ ਜਾਂਦੀ ਆ। ਮਾੜੀ ਮੋਟੀ ਤਾਂ ਗੱਲ ਕਰਨੀ ਪਊਗੀ ਰਾਣੇ ਨਾਲ, ਚਾਹੇ ਮੈਂ, ਉਹ ਤੇਰੀ ਮਰਜ਼ੀ ਆ, ਮੈਂ ਹੀ ਤੈਨੂੰ ਕਹਿੰਦੀ ਹੈਗੀ। ਪਰ ਇਹਨੂੰ ਬਾਹਰ ਦਾ ਭੁੱਸ ਬਾਹਲਾ ਹੀ ਪਈ ਜਾਂਦਾ, ਨਿੱਖਰ ਤਿੱਖਰ ਕੇ ਨਿਕਲ ਜਾਂਦੀ। ਕਰਦੀ ਆ ਅੱਜ ਕੱਲ੍ਹ ਮੈਂ, ਫਿਰ ਗੱਲ ਤੇਰੀ ਸੱਚੀ ਹੋਣੀ ਚਾਹੀਦੀ। ਲੈ ਸੱਚੀ ਨੂੰ ਮੈਂ ਗਾਹਾਂ ਕਿਹੜਾ ਕੁਛ ਲੈਣਾ ਆਂਟੀ ਤੇਤੋਂ, ਇਉਂ ਦੱਸ ਮੈਂ ਕੁਛ ਲੈਣਾ ਜਾਂ ਤੁਹਾਡੇ ਘਰ 'ਚ ਹਿੱਸਾ ਲੈਣਾ ਮੈਂ, ਵੀ ਮੈਂ ਝੂਠ ਬੋਲੂੰਗੀ, ਮੈਨੂੰ ਕੋਈ ਲੋੜ ਵੀ ਝੂਠ ਬੋਲਣ ਦੀ? ਚੱਲ ਕਰਦੀ। ਮੈਂ ਤੈਨੂੰ ਓਦਾਂ ਕਿਹਾ ਵਾ ਵੀ ਮੈਨੂੰ ਲੱਗਦਾ ਨਹੀਂ ਹੈ ਘਰੇ ਟਿੱਕੀ ਆ, ਲੱਗਦਾ ਨਹੀਂ ਕਿ ਜਦੋਂ ਮੈਂ ਦੇਖੀ ਆ ਜਾਂ ਦੇਖਦੀ ਗਈ ਸੀ, ਤੂੰ ਹਰ ਵਕਤ ਬੈਠੀ ਰਹਿੰਦੀ ਬਾਹਰ। ਹਾਂ ਫਿਰ ਤੂੰ ਦੇਖਦੀ ਸੀ, ਤੂੰ ਲੱਗਦੀ ਵੜਦੀ, ਮੈਂ ਤੈਨੂੰ ਆਵਾਜ਼ ਨਹੀਂ ਮਾਰਦੀ ਵੀ ਆ ਜਾਣ ਕੇ ਬਹਿ ਜਾ ਕੋਲੇ। ਅੰਦਰ ਕਰੀ ਦਾ ਜਿੰਨਾ ਤਾਂ ਮੰਮੀ ਬਿਮਾਰ ਆ, ਉਹ ਪਈ ਰਹਿੰਦੀ ਆ, ਫਿਰ ਮੈਂ ਇਕੱਲੀ ਕੀ ਕਰਾਂ, ਫਿਰ ਮੈਂ ਕੁਰਸੀ ਬਾਹਰ ਜਾਂ ਵਿਹੜੇ ਦਰਾਜ ਨੂੰ ਕਰ ਲੈਂਦੀ ਹਾਂ। ਨਾਲੇ ਤੈਨੂੰ ਪਤਾ ਇੱਥੇ ਘਰ ਇਕੱਲੀ ਆ, ਮਾੜਾ ਮੋਟਾ ਬੰਦਾ ਧਿਆਨ ਹੀ ਰੱਖਦਾ ਜੇ ਬੈਠੂ ਉੱਠੂ ਤਾਂ। ਪਾਪਾ ਨੂੰ ਨਹੀਂ ਪਤਾ, ਮੁੰਡੇ ਨੂੰ ਨਹੀਂ, ਮੈਨੂੰ ਤਾਂ ਮੁੰਡੇ ਨੂੰ ਵੀ ਗਈ ਕਹਿੰਦੀ ਸੀ, ਨਹੀਂ ਨਿਆਣਾ ਕਨੀ ਉੱਧਰ ਪੁੱਧਰ ਆਪਣੇ ਭਾਈ ਕੋ ਛੱਡਿਆ ਹੋਇਆ ਕਹਿੰਦੀ ਨੇ ਮੁੰਡਾ, ਪਤਾ ਨਹੀਂ ਦੋਨੋਂ ਹੀ ਅਸ਼ਾਂ 'ਚ ਹੋਣਗੇ ਫਿਰ। ਹਾਂ ਛੜੇ ਛਾਂ, ਮੈਂ ਤਾਂ ਨਿਆਣਾ ਵੀ ਦੇਖਿਆ ਐਵੇਂ ਕਹਾਂ। ਓਦਾਂ ਗੱਲ ਕਰਦੀ ਸੀ ਮੈਨੂੰ ਮਾਰੇ ਬਈ ਮੁੰਡਾ ਆਇਆ ਇਹ ਆ ਉਹ ਆ, ਪਰ ਮੈਂ ਦੇਖਿਆ ਨਹੀਂ ਹੈਗਾ। ਮੈਨੂੰ ਲੱਗਦਾ ਨਹੀਂ ਓਦਣ ਜਦੋਂ ਤੂੰ ਗਈ ਆ ਓਦਣ ਹੀ ਛੱਡਿਆ ਹੀ ਆ, ਇਕੱਲੇ ਰਹੀ ਅਸੀਂ। ਹਾਂ 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 ਓਦਣ ਹੀ ਛੱਡਿਆ ਹੀ ਆ ਇਹ, ਤਾਂ ਕਰਦੀ ਆ ਗੱਲ ਮੈਂ ਅੱਜ, ਹੈ ਨਾ। ਮੈਂ ਹੁਣ ਚਾਹ ਲੈ ਗਈ ਨਹੀਂ ਹਜੇ ਤੱਕ, ਚੱਲ ਛੱਡ ਆਂਟੀ ਤੂੰ ਹੀ ਪੀ ਲਈ। ਮੈਂ ਕੋਈ ਨਾ ਲਾਪਰੀ ਤਾਂ ਬਣੀ ਨਹੀਂ, ਚਾਹ ਲਿਆ ਫਿਰ। ਸੱਚੀ ਆਂਟੀ ਸੀ ਦੁਖੀ ਜਾਂਦਾ ਮੇਰਾ ਤਾਂ, ਮੌਸਮ ਹੀ ਇਹੋ ਜਿਹਾ। ਹੁਣ ਤਾਂ ਨਹੀਂ ਜਾਣਾ ਤਾਂ, ਹੋਰ ਹੁਣ ਵੀ ਚੱਕ ਲਵੇ, ਹਜੇ ਤਾਂ ਕਿਤੇ ਨਹੀਂ ਜਾਣਾ ਕਬੀਲਦਾਰੀ ਚ, ਪਤਾ ਵੀ ਨਹੀਂ ਲੱਗਦਾ ਕਈ ਵਾਰ ਤੁਰਤ ਪੈ ਜਾਣਾ। ਇੱਕ ਪਾਸੇ ਨੌ ਦੇ ਪੈਰੀ ਚੱਕਰ, ਦੂਜੇ ਪਾਸੇ ਤੇਰੇ ਘਰ ਤੋਂ ਥੋੜਾ ਜੀਵ ਨਹੀਂ ਲੱਗਦਾ ਦੋਨਾਂ ਜਾਣੀਆਂ ਦਾ। ਨਹੀਂ ਨਹੀਂ ਬਾਹਰ ਦਾ ਚੱਕਰ ਪੈ ਗਿਆ ਤੁਹਾਨੂੰ, ਜਾਂ ਜ਼ਰੂਰੀ ਜਾਣਾ ਪੈਂਦਾ ਰੋਜ਼ੀ ਫੇਰ ਹੀ ਜਾਂਦੀ। ਨਹੀਂ ਉਹ ਤਾਂ ਗੱਲ ਤੇਰੀ ਸਹੀ ਆ, ਜ਼ਰੂਰਤ ਪਾਸੇ ਤਾਂ ਜਾਣਾ ਹੀ ਪੈਂਦਾ। ਮੈਂ ਕਿਹਾ ਉਹ ਕਹਾਵਤ ਤਾਂ ਵਿੱਚ ਰਹਿ ਗਈ, ਕਹਿੰਦੇ ਆਪਦਾ ਘਰ ਚਾਹੇ ਹੱਦ ਅੱਗ ਭਰ, ਦੂਜੇ ਦਾ ਘਰ ਉੱਥੇ ਥੁੱਕਣ ਦਾ ਵੀ ਡਰ। ਕਿਤੇ ਜੀ ਨਹੀਂ ਲੱਗਦਾ ਫਿਰ ਆਪਦੇ ਘਰ ਤੋਂ ਬਿਨਾਂ, ਇੱਕ ਮਜਬੂਰੀ ਨੂੰ ਜਾਣਾ ਪੈਂਦਾ। ਚੱਲ ਚੱਲ ਪੀ ਚਾਹ ਫਿਰ, ਲੈ ਲੈ ਰੁੱਚ ਚਾਹ ਚੱਕ। ਹਾਂ ਕੋਈ ਨਹੀਂ ਆਂਟੀ। ਹਾਂ ਮੰਮੀ ਖਾ ਲਈ ਰੋਟੀ? ਖਾ ਲਈ। ਕਿਵੇਂ ਸੀ ਉੱਥੇ? ਉੱਥੇ ਠੀਕ ਸੀ ਸਾਰੇ, ਠੀਕ ਸੀ। ਪਹਿਲਾਂ ਉਹਨਾਂ ਨੇ ਕੁਛ ਨਾ ਨਾ ਕਈ ਬਿਮਾਰ ਸੀਗੇ ਆਪਣੇ। ਅੱਛਾ ਮੈਂ ਤਾਂ ਆਪ ਸੋਚਿਆ ਮੈਂ ਚੱਲ ਤੈਨੂੰ ਉੱਥੇ ਹੀ ਲਿਆਵਾਂ, ਫਿਰ ਮੈਂ ਕਾਹਨੂੰ ਐਵੇਂ ਐਡੀ ਦੂਰ ਜਾਊਂਗਾ, ਇਸ ਤੋਂ ਚੰਗਾ ਤੂੰ ਬੱਸ ਚੜ੍ਹ ਗਿਆ ਜੀ, ਚੱਲ ਮੈਂ ਤਾਂ ਗਿਆ ਚੱਕ ਦੂੰਗਾ। ਹਾਂ ਨਹੀਂ ਠੀਕ ਆ, ਕੋਈ ਨਾ ਐਡੀ ਦੂਰ, ਫਿਰ ਮੈਂ ਤਾਂ ਹੀ ਗਿਆ ਹੀ ਨਹੀਂ। ਮੈਂ ਵੀ ਤਾਂ ਹੀ ਨਹੀਂ ਗਿਆ, ਮੈਂ ਕਿਹਾ ਧੁੱਪ ਹੈ ਗਿਆ ਕਿੱਥੇ ਆਊਗਾ, ਮੈਂ ਤਾਂ ਧੁੱਪ ਚਾਹ। ਉਹਨਾਂ ਨੇ ਵੈਸੇ ਫਿਰ ਉਹ ਕਹਿਣ ਲੈ ਜਾਂਦੇ ਆ, ਰਹੋ ਰਾਤ ਰਹੋ ਮੈਂ ਪਰ ਇੰਨੇ ਟਾਈਮ ਪਤਾ ਨਹੀਂ। ਮੈਂ ਕਿਹਾ ਫਿਰ ਚੱਲ ਦੁਬਾਰੇ ਗੇੜਾ ਮਾਰਾਂ ਕਿਸ ਦਿਨ, ਵੀ ਹੁਣ ਕਾਹਨੂੰ ਐਵੇਂ ਜਾਣਾ ਆਪਾਂ। ਕਿਸੇ ਦਿਨ ਨਿਆਣਿਆਂ ਨੂੰ ਲਿਆ ਜੇ ਤੂੰ ਤੇ ਲਕਸ਼ਰੀ ਤੇ ਜਾਇਆ। ਉਹ ਰੋਟੀ ਰਾਟੀ ਤੂੰ ਖਾਈ ਲਈ ਆ ਹੁਣ? ਨਾ ਅੱਜ ਤਾਂ ਰੋਟੀ ਘਰ ਦੀ ਬਣਾ ਲਈ, ਹੁਣ ਤੁਸੀਂ ਬਾਹਰ ਖਾਂਦੇ ਹੋ। ਬਾਹਰ ਖਾਂਦੇ ਮਤਲਬ? ਹੋਰ ਕੀ ਮਤਲਬ ਮੰਮੀ ਤੁਹਾਡਾ? ਇਹ ਮਤਲਬ ਮੇਰਾ ਇਹੀ ਆ ਬਈ ਜਿੰਨੇ ਦਿਨ ਮੈਂ ਗਈ ਹਾਂ ਤੁਸੀਂ ਰੋਟੀ ਪਾਣੀ ਬਾਹਰ ਖਾ ਕੇ ਆਉਂਦੇ ਰਹੇ ਹੋ, ਮੇਰੇ ਹੁਣ ਬਾਹਰ ਦੀ ਕੋਈ ਚੀਜ਼ ਲੰਘਦੀ ਨਹੀਂ ਕਿ ਮੈਂ ਬੰਦਾ ਨਹੀਂ। ਜਾਜੀ ਕੀਤਾ ਚਲੇ ਗਏ, ਜਾਜੀ ਕੀਤਾ ਆ ਗਏ, ਨਿਆਣੇ ਛੱਡਿਆ ਤੂੰ ਭਰਾ ਘਰੇ, ਵੀ ਅਸੀਂ ਹੁਣ ਇਕੱਲੇ ਐਸ਼ ਲੈ ਲਈਏ, ਭੋਰਾ ਸ਼ਰਮ ਮੰਨੀ ਬਈ ਆਈ ਨੂੰ ਮੰਮੀ ਨੂੰ ਕੋਈ ਦੱਸੂਗਾ? ਮੰਮੀ ਤੁਹਾਨੂੰ ਇਹ ਗੱਲਾਂ ਕਿਹਨੇ ਦੱਸੀਆਂ ਨੇ? ਮੈਨੂੰ ਕੋਈ ਵੀ ਦੱਸੇ, ਦੱਸਣਗੇ ਜਿਹੜੇ ਹੁਣ ਆਸ ਪਾਸ ਰਹਿੰਦੇ ਦੇਖਣਗੇ। ਇਹ ਰੋਜ਼ੀ ਨੇ ਗੱਲ ਕੀਤੀ ਆ, ਹੋਰ ਕਿਹਨੇ ਕਰਨੀ ਆ? ਨਾ ਰੋਜ਼ੀ ਦਾ ਨਾਂ ਲਈ ਜਾਂਦੇ ਹੋ, ਹੋਰ ਲੋਕਾਂ ਦੀਆਂ ਅੱਖਾਂ ਨੀ ਗਲੀ ਚੋਂ ਲੰਘਦੇ ਆ ਜਦੋਂ। ਮੰਮੀ ਸਾਨੂੰ ਪਤਾ ਹੀ ਆ ਕਿਹਨੇ ਦੱਸਿਆ, ਗੱਲ ਖਤਮ ਹੋ ਗਈ। ਪਰ ਤੈਨੂੰ ਮੰਮੀ ਪਤਾ ਲੱਗਣਾ ਚਾਹੀਦਾ ਵਾ ਕਿੱਡੀ ਵੱਡੀ ਗੱਲ ਹੋ ਗਈ ਜੇ ਅਸੀਂ ਮਾਰਕੀਟ ਚਲੇ ਗਏ, ਕਿਤੇ ਕੋਈ ਖੋਹ ਤਾਂ ਨਹੀਂ ਲਿਆ, ਲੈ ਕੇ ਤਾਂ ਨਹੀਂ ਖਾਧਾ ਕੁਛ, ਜੋ ਵੀ ਕੀਤਾ ਉਹਦੇ ਪੈਸਿਆਂ ਨੇ ਕੀਤਾ।
तू तो आ गया किसी के लोगों दलों च ला के मम्मी सू बोलन लग गई दस तो एक बार नहीं सोच किसी के मगर लग के घर खराब हो जाऊ अपना सही गल फिर तू साडे नाल जानी आ ते फिर ओदियां गल्लां सुन के दिमाग खराब हो गया मेरी गलती आ मैं तुहानू आए कर मैनू इह सोच समझ लैणा चाहीदा सी आपदा घर खराब करन लगी सी मैं लड़ाइयां पा किसी के पिछे नहीं लगना चाहिए किसी पिछे पता की है इदा अपना घर खराब होना गुस्से तू भी जो बोली हाँ मैं भी लड़ पा भी ठीक है इदा ही करा की हो जाता ओ कुछ जाना सीगा? कुछ नहीं जाना बेइज्जती अपने घर की हो जाने होर की मैनू पहले तो इदा लगती है 24 घंटे गली बैठे थे जिवें गाना नहीं सिया एक चरखा गली डाह लिया उदा उन्हें कुर्सी गली डाही हुई है मकसद तोड़ना आऊगी शाम फिर आऊगी तुम पता ही देखना आऊगी भी लड़े कि नहीं लड़े बहाने आऊगी रोटी का स्वाद है बारो जिन्ना को मर्जी खा लो गल नहीं बनती तू गला जिम्मे कि बहुत ही निकल के चले गए फिर की हो गया जे न्याणे घूमने चलेगा तू साडे घर च कलेस पाता मैं तो आए कहती कलेस पाता जिम्मे मैं पता नहीं की करता रोटी तो घर ही बना के खाते आके खी सी पपा ही खाई जाए मैनू की फिर की हो गया जो मुंडा बहू घूमने चले गए तो चले जाने मैनू की आ फिर तू मैनू कह तो क्या साढ़े घर च कलेस पानी है तू ले मैं तो अपना समझ के गल करती सी मैनू की लोड़ पई आ जे नहीं अगे तो नहीं आती आने की गल नहीं हैगी आसमान आए जाए बिना भी नहीं सकता पर आता गलत गल तू मेरे नौ पुत्र कहनी नौ पुत नू कहिंदी दी गल नहीं हैगी फिर सिर चढ़ा ला जे मैं हुण किते गई होवां तां मेरे बच्चे किते जा नहीं सकदे सौ जगह जाना पै सकदा उहनां नू ते फिर जिथे मर्जी जाण आंटी मैं की करना रोक के इहनां नू तेरा मतलब की आ साडे घर दी गल करन दा कुर्सी डाके तू गली च बहि जांदी आ मां अंदर तेरी बीमार पई आ उत्थे बहिंदी नहीं लोकां नू आउंदे जांदे नू देखदी आ कौण आ गया कौण चले गया आपदा घर दी इहनां नहीं तैनू नहीं मैं तां तुहानू अपना समझ के गल कर ली सी जी बाली अकड़ा मैं नहीं करदी अगे तां मैनू की लोड़ पई आ अपना समझा जो अपना समझा तो ही गल की सी हराई पाउण वास्ते हराई पाउण नु मैनू की आंटी तेरी नो ठीक है ना मैं तो लेके कुछ खाना ना मैं तेतो खाना अब जिम्मे तो निपटी ना मालू खा मैं तो जानी हां रोची गल ओ नहीं हैगी भी अपना समझा कीती है गल ए आ भी जे तू नॉर्मल तरीके ना कहंदी सानू कहंदी भी इदा करके तू ना मेरी गल सुन वीरे जो ता मैं किसे होर दी गल्लां करदी आंटी नाल ओ ता आंटी बड़े कान ला ला के सुनदी आ हुण जे अज आपदी करती ता आपदी बारे सेक पै गया ते आपदी गल ता हुण जे तेनू असी आपदी करके तेनू भी सेक पऊगा आपदी गल ते ता सब नू सेक पैंदा हुंदा चंगा मैनू की भावे सिर चढ़ा ला हां जदों पाड़ूगी ना तेरा सिर फिर उदों गवांडी काम आणे तू पदीना ता तोड़ के आ जा नहीं रहण दे पदीना चाहिदा पदीना सिर पाड़े ना मैनू
चक्कर लकड़ बकड़ हो जाता वा इसलिए इंगन मिंगन तो बचो गुआढ़ियां दी गल्लां सुनाया करो क्योंकि गुआढ़ी बड़े अपने घर की गल अपने घर च मुकाओ बाद चो किसी ते यकीन करके अपने घर च लड़ाई पाओ नाले इंगड़ी विंगड़ी थोरिया वधा के लंगड़ छिंगड़ करिया करो यस बिकॉज ये लकड़ बकड़ इंगन मिंगन हो जांदा चक्कर पै जांदे सो बच के रहो जिन्ना हो सकता प्यार करो हमेशा नाल रहो सत्कार करो प्यार करो लड़िया घट करो जिंदगी सत श्री अकाल जी सारे सत श्री अकाल जी सारे।